ਅਸਲਾਮ ਅਲੈਕੁਮ ਤੁਹਾਡਾ ਭਾਈ ਡਾਕਟਰ ਵਾਜੇ ਤੁਹਾਡੇ ਸਾਹਮਣੇ ਅਤੇ ਮੈਂ ਇੱਕ ਨਵਾਂ ਟ੍ਰੈਂਡ ਚੱਲਿਆ ਅਹਿਮਦ ਸ਼ੇਰ ਅਫੀਸ਼ਲ 'ਤੇ ਕਿ ਅਸਾਂ ਹਰ ਵਲੌਗ ਦੇ ਵਿੱਚ ਇੱਕ ਨਵਾਂ ਸ਼ਾਇਰ ਜਿਹੜਾ ਸਾਡੇ ਇਲਾਕੇ ਦੇ ਜਿਹੜੇ ਉਹ ਲੋਕ ਹਨ ਜਿਹੜੇ ਆਊਟ ਕਲਾਸ ਸ਼ਾਇਰ ਹਨ ਅਤੇ ਲੇਕਿਨ ਮੰਜ਼ਰ ਆਮ 'ਤੇ ਨਹੀਂ ਆਏ ਮੈਂ ਉਹਨਾਂ ਸ਼ਾਇਰਾਂ ਨੂੰ ਅੱਗੇ ਲੈ ਕੇ ਆਉਣਾ ਔਰ ਤੁਸੀਂ ਕਲਾਮ ਸੁਣ ਸੋ ਅਤੇ ਹੈਰਾਨ ਕੌਣ ਔਰ ਭਾਈ ਗਦਰ ਫਰ ਅਲੀ ਆਦਿਲ ਮੇਰੇ ਬਚਪਨ ਦੇ ਦੋਸਤ ਹਨ ਔਰ ਤੁਸੀਂ ਸੋਚ ਕੇ ਨਾ ਇਹ ਹੈਰਾਨ ਹੋ ਜਾਸੋ ਬਈ ਭਾਈ ਆਦਿਲ ਸਾਹਿਬ ਆਪਣਾ ਨਾਂ ਨਹੀਂ ਲਿਖ ਸਕਦੇ ਅਤੇ ਲੇਕਿਨ ਕਿਆ ਬਾਤ ਹੈ ਸ਼ਾਇਰੀ ਮੈਂ ਡਾਕਟਰ ਵਾਜੇ ਸ਼ਾਇਰੀ ਕਰਨਾ ਸਿੱਖੀ ਹੈ ਨਾ ਅਤੇ ਭਾਈ ਕੁਸ਼ਾਮਤ ਤੋਂ ਹਟ ਕੇ ਭਾਈ ਗਜ਼ਨ ਫਰ ਕੋਲੋਂ ਸਿੱਖੀ ਹੈ ਅਤੇ ਮੈਂ ਅੱਜ ਦਾਵਤ ਦਿੰਦਾ ਭਾਈ ਗਜ਼ਨ ਫਰ ਨੂੰ ਵੀ ਆਪਣੇ ਕਲਾਮ 'ਚ ਕੁਝ ਸਾਨੂੰ ਮਜ਼ਬੂਤ ਕਰੋ ਰੱਬਾ ਭੁੱਲ ਬਖਸ਼ੇ ਤਾਂ ਕਰ ਨਾ ਲਈ ਤੇਰੇ ਨਾਲ ਦੋ ਚਾਰ ਸਵਾਲ ਏ ਇੱਕੇ ਆਦਮ ਦੀ ਔਲਾਦ ਦੇ ਵਿੱਚ ਕਿਹੜੀ ਵੰਡ ਰੱਖਣਾ ਹੈ ਲਜਪਾਲ ਕੁਝ ਤਬਕਾ ਤੇਰਾ ਹਰ ਨਿਮਤ ਤੂੰ ਬਿਨਾ ਮੰਗਿਆ ਮਾਲਾ ਮਾਲ ਏ ਵਧੇ ਰੁਲ ਦਿਨ ਮੈਂ ਜੇ ਕਈ ਆਦਿਲ ਤੇਰੇ ਦਰ ਤੇ ਖਸਤਾ ਹਾਲ ਏ ਕਿਆ ਬਾਤ ਹੈ ਔਰ ਗਜ਼ਨਫਰ ਸਾਹਿਬ ਦਾ ਇੱਕ ਬੜਾ ਪੁਰਾਣਾ ਦੌੜਾ ਹਰ ਵਖਤ ਗਾਏ ਮੈਂ ਬੇਕਸਤੇ ਉਹ ਮੈਥੋਂ ਸਜਣਾ ਮੁੱਖ ਪਰਤਾਲ ਹੈ ਤੇ ਉਹਨਾਂ ਗੈਰ ਦੀ ਬਾਂਹ ਵਿੱਚ ਬਾਂਹ ਪਾ ਕੇ ਟੰਗ ਮੈਂ ਮਜਬੂਰ ਤੇ ਸਾਲ ਹੈ ਜੇ ਕਦੀ ਭੁੱਲ ਕੇ ਪਾਰੂ ਆ ਜਾਵੇਂ ਅਸਾਂ ਮਲ ਸਜਣਾ ਦੇ ਰਾਹ ਲੈ ਉਹ ਅਜੇ ਸਾ ਦਿਲ ਦੇ ਬਾਕੀਆਂ ਨੂੰ ਨਾ ਪਹਿਲੇ ਕਫਨ ਸਿਵਾਲ ਹੈ ਕੀ ਬਾਤ ਹੈ ਰੱਬਾ ਨਜ਼ਰ ਭਵਾ ਮੇਰੇ ਗੁਲਸ਼ਨ ਵਿੱਚ ਹਰ ਸ਼ਾਖ ਗਈ ਕੁਮਲਾਏ ਫੁੱਲ ਖਿੜਨ ਕੁਜਾ ਹੱਥੋਂ ਪੱਤਰਾਂ ਵੀ ਲਿਆ ਆਪਣਾ ਰੰਗ ਬਦਲਾਏ ਤੇ ਪਈ ਆਦਿਲ ਧਾੜ ਮੁਕਦਰਾਂ ਨੂੰ ਗੁੱਲੀ ਇੰਜ ਦੀ ਸਖਤ ਹਵਾ ਏ ਅੱਖੀ ਵੇਦਿਆਂ ਵਸਦੇ ਬਾਗ ਦੇ ਵਿੱਚ ਹਿੱਕ ਰਹਿ ਗਿਆ ਰੁੱਖ ਤਨਹਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਤੈਨੂੰ ਲੱਗਦਾ ਸਮਝ ਕੇ ਦੁੱਖ ਦੱਸਿਆ ਤੋੜੇ ਦੇਸੇ ਸੱਜਣ ਦੀ ਲਾਸਾ ਦੁੱਖ ਵੰਡਣ ਕੁਜਾ ਤੋਂ ਸ਼ੁਗਲ ਬਣਾਏ ਹਮੂ ਮੁੱਦਾ ਤੂੰ ਟੇਕ ਦਾ ਪਿਆਸਾ ਕਿਆ ਬਾਤ ਹੈ ਤੇ ਮੇਰੇ ਵਸਦੇ ਚਮਨ ਕੋ ਲੁੱਟ ਪੈ ਗਈ ਤੋਂ ਮੂਲ ਨਾ ਪਰਤਿਆ ਪਾਸਾ ਤੇਰੇ ਦਰ ਤੇ ਆਦਿਲ ਆਵਣਾ ਨਹੀਂ ਭਾਵੇਂ ਬੰਨਣਾ ਪੈ ਗਿਆ ਕਾਸਾ ਕਿਆ ਬਾਤ ਹੈ ਕਿਆ ਬਾਤ ਹੈ ਜੀ ਤੋਂ ਬਸ਼ਰ ਦੇ ਨਾਲ ਬਣਾ ਕੇ ਸਾਂਗੇ ਅਸੀਂ ਭੁੱਲਦੇ ਭੁੱਲ ਗਏ ਤੇਰੇ ਆਰਜ਼ੀ ਖੁਲਕ ਤੇ ਕਸਮ ਖੁਦਾ ਦੀ ਇੰਜੇ ਡੁੱਲਦੇ ਡੁੱਲਦੇ ਡੁੱਲ ਗਏ ਤੇ ਸਾਰੇ ਰਾਜ ਜਨਾਬ ਦੀ ਨੀਤਾਂ ਦੇ ਜਦਾਂ ਖੁੱਲਦੇ ਖੁੱਲਦੇ ਖੁੱਲ ਗਏ ਤੇਰੇ ਆਦਿਲ ਮਕਸਦ ਹੱਲ ਹੋ ਗਏ ਅਸੀਂ ਰੁੱਲਦੇ ਰੁੱਲਦੇ ਰੁੱਲ ਗਏ ਗਰਜ਼ਾਂ ਤੇ ਬਣੇ ਹੋਏ ਕੁੱਲ ਰਿਸ਼ਤੇ ਹਨ ਤਰੁੱਟਦੇ ਤਰੁੱਟਦੇ ਤਰੁੱਟ ਗਏ ਤੇ ਹਾਂ ਲੁੱਟਣ ਉਹਨਾਂ ਦੀ ਫਿਤਰਤ ਵਿੱਚ ਉਹ ਤਾਂ ਹੀ ਲੁੱਟਦੇ ਲੁੱਟਦੇ ਲੁੱਟ ਗਏ ਤੇ ਮੈਨੂੰ ਹਰ ਇੱਕ ਸੰਗਤ ਤੋਂ ਵੱਖ ਕਰਕੇ ਉਹ ਫੁੱਟਦੇ ਫੁੱਟਦੇ ਫੁੱਟ ਗਏ ਹੱਥੀ ਵਾਜੇ ਤੇ ਮੇਰੀਆਂ ਸਦਰਾਂ ਦਾ ਉਹ ਗੱਲ ਘੁੱਟਦੇ ਘੁੱਟਦੇ ਘੁੱਟ ਗਏ ਕਿਆ ਬਾਤ ਹੈ ਜੀ ਪਹਿਲੇ ਢੋਲ ਆਵਣਾ ਏ ਪਿੱਛੇ ਚੰਨ ਚੜਸੀ ਰੱਖੀ ਕੋਈ ਨਾ ਅਰਸ਼ ਤੇ ਦੀਦੇ ਤੇ ਕੂੜੇ ਵਾਦਿਆਂ ਦੀ ਕੀਤੀ ਦਿਲ ਕਮਲੇ ਤਾਈ ਦੇ ਤੇ ਸਾਰੀ ਰਾਤ ਮੁਸਲਸਲ ਰੋਂਦਿਆਂ ਨਿਭ ਗਈ ਵਾਹ ਜੱਲੇ ਜਿਗਰ ਤੇ ਜ਼ਖਮ ਸ਼ਦੀਦ ਡਿੱਠੀ ਆਦਿਲ ਅੱਖੀਆਂ ਈਦ ਪੜੀਂਦੀ ਮੁੱਢੋਂ ਟੁੱਟ ਗਈ ਆਸ ਉਮੀਦ ਕਿਆ ਬਾਤ ਹੈ ਥੈਂਕ ਯੂ ਭਾਈ ਆਦਿਲ ਸਾਹਿਬ ਤੁਸੀਂ ਸਾਡੇ ਨਾਲ ਅੱਜ ਇਤਨਾ ਟਾਈਮ ਸਾਡੇ ਕੋਲ ਕੱਢਿਆ ਤੇ ਅਸਾਂ ਨਵੇਂ ਸ਼ਹਿਰ ਦੇ ਨਾਲ ਜਿਹੜੇ ਲੋਕ ਆਊਟ ਕਲਾਸ ਸ਼ਾਇਰ ਹਨ ਅਤੇ ਉਹ ਮੰਜ਼ਰ ਆਮ 'ਤੇ ਨਹੀਂ ਆ ਸਕੇ ਸਾਡੀ ਕੋਸ਼ਿਸ਼ ਅਸੀਂ ਖੋਜਣਾ ਆਪਣੇ ਇਲਾਕੇ ਦੇ ਵਿੱਚ ਇਤਨੀ ਮਿੱਟੀ ਜ਼ਰਖੇਜ਼ ਹੈ ਨਾ ਸ਼ਾਇਰੀ ਦੇ ਹਵਾਲੇ ਨਾਲ ਆਰਟ ਦੇ ਹਵਾਲੇ ਨਾਲ ਬਿਲਕੁਲ ਇਸੇ ਤਰ੍ਹਾਂ ਅਤੇ ਅਸਾਂ ਉਹ ਖੋਜ ਕੇ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਮੈਂ ਰਿਕੁਐਸਟ ਕਰਦਾ ਬਈ ਗਜ਼ਨ ਫਰਬਾ ਅਲੀ ਆਦਿਲ ਸਾਹਿਬ ਨੂੰ ਬਈ ਸਾਨੂੰ ਇੱਕ ਦੌੜਾ ਹੋਰ ਸੁਣਾਵੇ ਕੂੜੇ ਕਰਕੇ ਕੌਲ ਮੁਹੱਬਤਾਂ ਦੇ ਦਿਲ ਕਈ ਦਾ ਖਸਣ ਕਮਾਲ ਏ ਵੱਤ ਸੱਟ ਕੇ ਆਦਿਲ ਮੂੰਹ ਪਰਨੇ ਉਹਦੇ ਹਾਲ ਤੇ ਹੱਸਣ ਕਮਾਲ ਏ ਤੇ ਖੁਦ ਸੱਦ ਕੇ ਕਹਿ ਪਰਦੇਸੀ ਨੂੰ ਘਰ ਆਪਣਾ ਦੱਸਣ ਕਮਾਲ ਏ ਦੁੱਖ ਦੇਖ ਕੇ ਉਲਟਾ ਖੁਦ ਰੋਣ ਤੇਰੀ ਅੱਖੀ ਦਾ ਵਸਣ ਕਮਾਲ ਏ ਕਿਆ ਬਾਤ ਹੈ ਜੀ ਬਹੁਤ ਮਿਹਰਬਾਨੀ ਥੈਂਕ ਯੂ ਸ਼ੁਕਰੀਆ